हेलो दोस्तों, स्वागत है तुहाडा आयुर्वेदिक भंडार दे एक इंपोर्टेंट सुझाव दे विच। दोस्तों अज असीं तुहानूं बादाम खाण दे चमत्कारी फायदे अते ई कमाल दे चीज़ नूं खाण दे सही तरीके दे बारे दसांगे। दोस्तों अज दी जानकारी जिहड़ी तुहानूं दसण जा रहे हां, शायद ही इंटरनेट दे विच ई जानकारी मिले ना मिले, पर ई जिहड़ी जानकारी है दोस्तों ई साडे लई ही नहीं सगों कि साडे सारिआं दे लई बहुत ही बेनीफिशियल है। दोस्तों जी हाँ, ਤੁਸੀਂ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਅਤੇ ਹਾਂ ਦੋਸਤੋ, ਜੇ ਤੁਸੀਂ ਆਪਣੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਿਓ ਅਤੇ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾਇਓ। ਤਾਂ ਚੱਲਦੇ ਹਾਂ ਦੋਸਤੋ, ਜਾਣ ਲੈਂਦੇ ਹਾਂ ਬਦਾਮ ਖਾਣ ਦੇ ਗਜ਼ਬ ਦੇ ਫਾਇਦੇ। ਦੋਸਤੋ ਬੱਚੇ ਜਾਂ ਬਜ਼ੁਰਗ ਸਾਰੇ ਜਾਣਦੇ ਹਨ ਬਦਾਮ ਖਾਣ ਦੇ ਹੀ ਅਸਰਦਾਰ ਗੁਣਾਂ ਦੇ ਬਾਰੇ, ਕਿਉਂਕਿ ਕਿਹਾ ਜਾਂਦਾ ਹੈ ਕਿ ਬਦਾਮ ਯਾਦਾਸ਼ਤ ਸ਼ਕਤੀ ਜਾਣ ਕੇ ਮਾਇੰਡ ਪਾਵਰ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਵਿੱਚ ਵਿਟਾਮਿਨ ਅਤੇ ਮਿਨਰਲਸ ਵਰਗੇ ਵਿਟਾਮਿਨ ਈ, ਜ਼ਿੰਕ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਓਮੇਗਾ 3 ਫੈਟੀ ਐਸਿਡ ਕਾਫੀ ਮਾਤਰਾ 'ਤੇ ਹੁੰਦੇ ਹਨ। ਦੋਸਤੋ ਜੇ ਬਦਾਮ ਨੂੰ ਰਾਤ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਨਾਲ ਭਿਜੋ ਕੇ ਰੱਖ ਦਿੱਤਾ ਜਾਵੇ ਤਾਂ ਹੀ ਸਾਡੇ ਪੋਸ਼ਕ ਤੱਤ ਨੂੰ ਅਵਸ਼ੋਸ਼ਿਤ ਕਰ ਲੈਂਦਾ ਹੈ ਦੋਸਤੋ। ਅਤੇ ਸਵੇਰੇ ਇਸਦੇ ਛਿਲਕੇ ਨੂੰ ਉਤਾਰ ਕੇ ਦੋਸਤੋ ਖਾਣ ਤੋਂ ਬਾਅਦ ਸਰੀਰ ਦੇ ਵਿੱਚੋਂ ਕਈ ਸਾਰੇ ਬਿਮਾਰੀਆਂ ਦੂਰ ਹੀ ਰਹਿੰਦੀਆਂ ਹਨ ਅਤੇ ਸਰੀਰ ਸਾਰਾ ਦਿਨ ਦੋਸਤੋ ਕੰਮ ਦੇ ਵਿੱਚ ਐਕਟਿਵ ਰਹਿੰਦਾ ਹੈ। ਅੱਜ ਅਸੀਂ ਭਿੱਜੇ ਹੋਏ ਬਦਾਮ ਦੇ ਹੈਲਥੀ ਯਾਨੀ ਕਿ ਸਵਾਸਥ ਬੈਨੀਫਿਟ ਦੇ ਬਾਰੇ ਚਰਚਾ ਕਰਾਂਗੇ, ਜੋ ਕਿ ਬਹੁਤ ਹੀ ਜ਼ਰੂਰੀ ਹੈ। ਤਾਂ ਸਭ ਤੋਂ ਪਹਿਲਾਂ ਬੈਨੀਫਿਟ ਦੀ ਜੇ ਗੱਲ ਕਰੀਏ ਤਾਂ ਭਿੱਜੇ ਹੋਏ ਬਦਾਮ ਖਾਣ ਤੋਂ ਦੋਸਤੋ ਪੇਟ ਸਾਫ਼ ਰਹਿੰਦਾ ਹੈ। ਜੀ ਹਾਂ, ਪੜ੍ਹਨ ਵਾਲੇ ਸਟੂਡੈਂਟ ਦੇ ਲਈ ਦੋਸਤੋ ਇਹ ਬਹੁਤ ਹੀ ਫਾਇਦੇਮੰਦ ਰਹਿੰਦਾ ਹੈ। ਇਸ ਲਈ ਦੋਸਤੋ ਕਿਹਾ ਜਾਂਦਾ ਹੈ ਕਿ ਬੱਚਿਆਂ ਨੂੰ ਬਦਾਮ ਨੂੰ ਜ਼ਰੂਰ ਦੇ ਹਿਸਾਬ ਨਾਲ ਖਾਣਾ ਚਾਹੀਦਾ ਹੈ। ਦੋਸਤੋ ਹੁਣ ਇਸ ਦੇ ਨਾਲ ਦੋਸਤੋ ਮੋਨੋਸੈਚੂਰੇਟਡ ਫੈਟ ਤੁਹਾਡੀ ਭੁੱਖ ਦੀ ਮਾਤਰਾ ਨੂੰ ਘੱਟ ਰੱਖਦਾ ਹੈ ਅਤੇ ਸਰੀਰ ਦੀ ਫੈਟ ਵੀ ਇਸ ਨਾਲ ਦੋਸਤੋ ਘੱਟ ਹੋਣ ਲੱਗ ਪੈਂਦੀ ਹੈ। ਤਾਂ ਚੱਲਦੇ ਹਾਂ ਦੋਸਤੋ, ਜਾਣਦੇ ਹਾਂ ਬਦਾਮ ਦੇ ਕੁਝ ਹੋਰ ਵੀ ਜ਼ਬਰਦਸਤ ਫਾਇਦੇ ਦੇ ਬਾਰੇ। ਬਦਾਮ ਸ਼ਕਤੀਸ਼ਾਲੀ ਏਜੰਟ ਆਕਸੀਡੈਂਟ ਹੁੰਦਾ ਹੈ ਦੋਸਤੋ, ਜਿਹੜਾ LDL ਕੋਲੈਸਟ੍ਰੋਲ ਦੇ ਆਕਸੀਕਰਨ ਨੂੰ ਰੋਕਣ ਦੇ ਵਿੱਚ ਮਦਦ ਕਰਦਾ ਹੈ। ਜੀ ਹਾਂ, ਇਸ ਦੇ ਸੇਵਨ ਕਰਨ ਤੋਂ ਦੋਸਤੋ ਹਿਰਦੇ ਸਵਾਸਥ ਰਹਿੰਦਾ ਹੈ। ਅਤੇ ਨਾਲ ਦੋਸਤੋ ਤੁਹਾਨੂੰ ਦੱਸ ਦਈਏ ਕਿ ਭਿੱਜੇ ਹੋਏ ਬਦਾਮ ਦੇ ਵਿੱਚ ਫੋਲਿਕ ਐਸਿਡ ਵੀ ਹੁੰਦਾ ਹੈ, ਬੱਚਿਆਂ ਦੇ ਹੈਲਥੀ ਵਿਕਾਸ ਲਈ ਸਹੀ ਹੁੰਦਾ ਹੈ ਦੋਸਤੋ। ਅਤੇ ਹਾਂ ਦੋਸਤੋ, ਜਿਵੇਂ ਕਿ ਅਸੀਂ ਸਾਰਿਆਂ ਨੂੰ ਪਤਾ ਹੈ ਕਿ ਹਰ ਇੱਕ ਚੀਜ਼ ਦੇ ਲਿਮਿਟੇਸ਼ਨ ਵੀ ਹੁੰਦੀਆਂ ਹਨ ਦੋਸਤੋ। ਜੀ ਹਾਂ, ਉਸੇ ਤਰ੍ਹਾਂ ਦੋਸਤੋ ਜੇ ਤੁਸੀਂ ਬਦਾਮ ਨੂੰ ਲਿਮਿਟ ਤੋਂ ਜ਼ਿਆਦਾ ਖਾਂਦੇ ਹੋ, ਯਾਨੀ ਕਿ ਲਿਮਿਟ ਮਾਤਰਾ ਤੋਂ ਜ਼ਿਆਦਾ ਖਾਂਦੇ ਹੋ, ਤਾਂ ਇਹ ਤੁਹਾਡੇ ਸਰੀਰ ਦੇ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ। ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਜੇ ਤੁਸੀਂ ਰੋਜ਼ ਬਦਾਮ ਨੂੰ ਲਿਮਿਟ ਤੌਰ 'ਤੇ ਖਾਂਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਹੀ ਅਸਰਦਾਰ ਅਤੇ ਕਮਾਲ ਦੇ ਬੈਨੀਫਿਸ਼ੀਅਲ ਪ੍ਰੋਵਾਈਡ ਕਰਦਾ ਹੈ ਦੋਸਤੋ। ਦੋਸਤੋ ਇਹ ਸੀ ਅੱਜ ਦੀ ਜਾਣਕਾਰੀ। ਜੇ ਤੁਸੀਂ ਹਰ ਰੋਜ਼ ਹੈਲਥ ਨਾਲ ਜੁੜੀ ਨਵੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਇਸ ਚੈਨਲ ਨੂੰ ਹੁਣੀ ਸਬਸਕ੍ਰਾਈਬ ਕਰਿਓ ਅਤੇ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾਇਓ। ਤਾਂ ਮਿਲਦੇ ਹਾਂ ਦੋਸਤੋ ਇੱਕ ਹੋਰ ਨਵੀਂ ਵੀਡੀਓ ਦੇ ਨਾਲ।